ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਮੋਹਾਲੀ ਸ਼ਹਿਰ ਦਾ ਦੌਰਾ ਕੀਤਾ। ਇਸ ਵੇਲੇ ਉਹਨਾਂ ਦੇ ਨਾਲ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਰਹੇ ਨੇ। ਜਾਣਕਾਰੀ ਦੇ ਮੁਤਾਬਿਕ ਪੰਜਾਬ ਸਰਕਾਰ ਦੇ ਵੱਲੋਂ ਮੋਹਾਲੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦੇ ਹਿੱਸੇ ਵਜੋਂ ਏਅਰਪੋਰਟ ਦੇ ਰੋਡ ਦੇ ਆਲੇ ਦੁਆਲੇ ਖੇਤਰ ਨੂੰ ਹੁਣ ਹੋਰ ਵੀ ਸੁੰਦਰ ਬਣਾਇਆ ਜਾਵੇਗਾ। ਵੀਰਵਾਰ ਨੂੰ ਹਲਕਾ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਇਲਾਕੇ ਦੇ ਸੁੰਦਰੀਕਰਨ ਸੰਬੰਧੀ ਗਮਾਡਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਸ਼ਹਿਰ ਦਾ ਦੌਰਾ ਕੀਤਾ। ਵੱਖ ਵੱਖ ਚੌਂਕ ਸੜਕਾਂ ਦਾ ਦੌਰਾ ਕੀਤਾ। ਇਸ ਪ੍ਰੋਜੈਕਟ ਸੰਬੰਧੀ ਗਮਾਡਾ ਦੇ ਅਧਿਕਾਰੀਆਂ ਨੂੰ ਹਦਾਇਤ ਵੀ ਜਾਰੀ ਕੀਤੀ ਹੈ ਕਿ ਇਸ ਪ੍ਰੋਜੈਕਟ ਨੂੰ ਜਲਦ ਤੋਂ ਜਲਦੀ ਜਿਹੜਾ ਸ਼ੁਰੂ ਕੀਤਾ ਜਾਵੇ। ਇਸ ਦੇ ਨਾਲ ਹੀ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਕਿਹਾ ਕਿ ਏਅਰਪੋਰਟ ਰੋਡ ਆ ਜਿਹੜਾ ਪ੍ਰੋਜੈਕਟ ਆ ਉਹ ਮੁਕੰਮਲ ਹੋਣ ਦੇ ਨਾਲ ਨਾ ਸਿਰਫ ਮੋਹਾਲੀ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ, ਸਗੋਂ ਇਹ ਸਥਾਨ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਐਂਟੀ ਨਾਰਕੋਟਿਕਸ ਟਾਸਕ ਫੋਰਸ, ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ, ਚਾਹੇ ਉਹ ਲਾਅ ਅਫਸਰ ਹੋਣ, ਚਾਹੇ ਉਹ ਫੋਰੈਂਸਿਕ ਦੇ ਹੋਣ, ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ, ਤੇ ਆਪਣੀ ਹੋਣਗੇ ਇਹਨਾਂ ਦੇ। ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ। ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9781701200 ਤੇ ਮੈਸੇਜ ਕਰੋ। ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ। ਨਹੀਂ, ਪੈਸੇ ਦੀ ਕੋਈ ਸਮੱਸਿਆ ਨਹੀਂ ਹੈਗੀ। ਮੇਰਾ ਖਿਆਲ ਆ ਵੀ CA ਸਾਹਿਬ ਨੇ ਹਦਾਇਤਾਂ ਕੀਤੀਆਂ ਨੇ, ਸ਼ਾਇਦ ਤੁਹਾਨੂੰ ਇਹ ਵੀ ਦੱਸ ਦੇਣਗੇ ਕਿ ਐਸਟੀਮੇਟ ਬਣ ਜੂਗਾ। ਜੋ ਵੀ ਐਸਟੀਮੇਟ ਬਣੂਗਾ, ਜਿੰਨਾ ਵੀ ਪੈਸੇ ਹੋਊਗਾ, ਗਮਾਡਾ ਕੋਲ ਪੈਸਾ ਹੈ, ਲੋਕਾਂ ਦਾ ਪੈਸਾ, ਅਤੇ ਮੋਹਾਲੀ ਦੇ ਉੱਤੇ ਖਰਚਿਆ ਜਾਊਗਾ ਔਰ ਸਹੀ ਜਗ੍ਹਾ 'ਤੇ ਖਰਚਿਆ ਜਾਊਗਾ। ਇਹ ਨਹੀਂ ਵੀ ਐਵੇਂ ਦਿਖਾਉਣ ਵਾਸਤੇ, ਜਿੱਥੇ ਪੈਸੇ ਦੀ ਜ਼ਰੂਰਤ ਹੈ, ਜਿੱਥੇ ਪੈਸਾ ਲੱਗਣਾ, ਉੱਥੇ ਪੈਸਾ ਹੈ ਜਿਹੜਾ ਉਹ ਵਰਤਿਆ ਜਾਊਗਾ। ਉੱਥੇ ਪੈਸੇ ਵਰਤਣ ਲਈ ਇਹਨਾਂ ਨੂੰ ਔਫਿਸਰ ਸਾਹਿਬਾਂ ਨੂੰ ਬੇਨਤੀ ਕੀਤੀ ਜਾਊ। ਐਮਐਲਏ ਸਾਹਿਬ, ਇੱਕ ਰੋਡ ਆ, ਮਕਸਦ ਸੀਗਾ ਬਣਾਉਣ ਦਾ ਇਹਦਾ ਵੀ ਜਿਹੜਾ ਖਰੜ ਤੋਂ ਲੈ ਕੇ ਏਅਰਪੋਰਟ ਤੱਕ 10 ਮਿੰਟ ਲੱਗਣਗੇ, ਪਰ ਮੈਨੂੰ ਲੱਗਦਾ ਘੰਟੇ ਤੋਂ ਪਹਿਲਾਂ ਨਹੀਂ ਜਾਇਆ ਜਾਂਦਾ, ਟ੍ਰੈਫਿਕ ਹੋ ਗਿਆ ਬਹੁਤ ਜ਼ਿਆਦਾ। ਇਹਦਾ ਕੋਈ ਪ੍ਰਪੋਜ਼ਲ ਹੈ ਹੁਣ ਅੱਗੇ ਫਲਾਈਓਵਰ ਵਾਲਾ? ਕਿਉਂਕਿ ਜੇਕਰ ਹੁਣ ਸਮੇਂ ਰਹਿੰਦੇ ਇਸ ਤਰ੍ਹਾਂ ਦੀ ਪ੍ਰਪੋਜ਼ਲ ਆ ਜਾਵੇ ਤਾਂ ਨਹੀਂ ਟਾਈਮ ਲੱਗ ਜਾਣਾ? ਨਹੀਂ, ਦੇਖੋ ਗੱਲ ਇਹ ਆ ਵੀ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੀ ਟ੍ਰੈਫਿਕ ਬਹੁਤ ਹੋ ਗਿਆ। ਅਸੀਂ ਸੋਚਿਆ ਵੀ ਇਹੀ ਸੀ ਵੀ ਘੱਟੋ ਘੱਟ ਟਾਈਮ ਲੱਗੇ। ਸੜਕ ਬਣਾਈ ਵੀ ਬਹੁਤ ਚੌੜੀ ਆ, 200 ਫੁੱਟ ਰੋਡ ਚੌੜੀ ਆ, 8 ਲੇਨ ਬਣੀ ਹੋਈ ਆ, ਸਰਵਿਸ ਰੋਡ ਅਲੱਗ ਹੈ, ਮਤਲਬ ਹਰ ਚੀਜ਼ ਦਿੱਤੀ ਗਈ ਹੈ, ਲੇਕਿਨ ਟ੍ਰੈਫਿਕ ਹੋਣ ਕਰਕੇ ਇਹ ਪ੍ਰੋਬਲਮ ਜ਼ਰੂਰ ਆਈ ਆ। ਅਤੇ ਮੈਂ ਤਾਂ ਇਹਨੂੰ ਸੁਜੈਸ਼ਨ ਦਿੱਤਾ ਵੀ ਆਪਾਂ ਇੱਕ ਚੌਂਕ ਛੱਡ ਕੇ ਬੰਦ ਕਰਕੇ ਅਤੇ ਇੱਕ ਫਲਾਈਓਵਰ ਬਣਾ ਦਈਏ, ਜਿਹਦੇ ਨਾਲ ਮਤਲਬ ਜਿਹੜਾ ਇਹ ਟ੍ਰੈਫਿਕ ਹੈ ਲਗਾਤਾਰ ਕੰਟੀਨਿਊਸਲੀ ਚੱਲੇ ਅਤੇ ਏਅਰਪੋਰਟ ਜਾਣ ਵਾਸਤੇ ਕਿਸੇ ਨੂੰ ਦਿੱਕਤ ਨਾ ਆਵੇ। ਔਰ ਕਿਉਂਕਿ ਟਾਈਮ ਹੁੰਦਾ ਇੱਦਾਂ ਦਾ, ਉੱਧਰ ਜਾਮ ਲੱਗ ਜਾਂਦਾ, ਉੱਧਰ ਜਹਾਜ਼ ਦਾ ਟਾਈਮ ਹੁੰਦਾ, ਫਲੈਟ ਦਾ ਟਾਈਮ ਹੁੰਦਾ, ਅਤੇ ਲੇਟ ਹੋਣ ਦਾ ਖਤਰਾ ਰਹਿੰਦਾ। ਅਤੇ ਇਹਦੇ 'ਤੇ ਵੀ ਅਸੀਂ ਲੱਗੇ ਹੋਏ ਹਾਂ ਬਹੁਤ ਜਲਦੀ। ਅਸੀਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ, ਸਾਡੇ ਮਾਣਯੋਗ ਮਿਨਿਸਟਰ ਅਤੇ ਸੈਕਟਰੀ ਸਾਹਿਬ ਅਤੇ CA ਸਾਹਿਬ ਨੂੰ ਮੈਂ ਬੇਨਤੀ ਕੀਤੀ ਹੈ ਵੀ ਆਪਾਂ ਇਸ 'ਤੇ ਵੀ ਵਰਕ ਕਰੀਏ। ਮੇਰਾ ਖਿਆਲ ਹੈ ਜ਼ਰੂਰ ਬਹੁਤ ਜਲਦੀ ਕਰਨਗੇ। ਨਹੀਂ, ਐਸੀ ਕੋਈ ਗੱਲ ਨਹੀਂ ਹੈਗੀ। ਉਹ ਅਸਲ ਦੇ ਵਿੱਚ 3 ਤਰੀਕ ਦਾ ਉਦਘਾਟਨ ਰੱਖਤਾ ਸੀ। ਅਸੀਂ ਹਦਾਇਤਾਂ ਕੀਤੀਆਂ ਨੇ ਕੱਲ੍ਹ ਸਾਰਿਆਂ ਨੂੰ ਵੀ ਅਸੀਂ 3 ਤਰੀਕ ਨੂੰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਉੱਥੇ ਪਹੁੰਚਣਾ ਅਤੇ ਉਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਹੋਣਾ, ਇਸ ਕਰਕੇ ਉਹਨਾਂ ਨੇ ਮਤਲਬ ਆਪਣੇ ਨੰਬਰ 'ਚ ਬਣਾਉਣ ਵਾਸਤੇ ਇਹ ਕੰਮ ਕਰ ਲਿਆ। ਵੈਸੇ 3 ਤਰੀਕ ਨੂੰ ਸਾਡੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਂ 'ਤੇ ਏਅਰਪੋਰਟ ਬਣਿਆ ਅਤੇ ਉਹਨਾਂ ਦਾ ਬੁੱਤ ਅਸੀਂ ਉੱਥੇ ਲਾਇਆ ਮਾਣਯੋਗ ਮੁੱਖ ਮੰਤਰੀ ਨੇ, ਅਤੇ ਉਹਨਾਂ ਦਾ ਉਦਘਾਟਨ ਉਹ ਮੁੱਖ ਮੰਤਰੀ ਸਾਹਿਬਾਨ ਕਰਨ ਆ ਰਹੇ ਨੇ 3 ਤਰੀਕ ਨੂੰ। ਦੇਖੋ, ਜਿਵੇਂ ਮਾਣਯੋਗ MLA ਸਾਹਿਬ ਨੇ ਕਿਹਾ ਹੈਗਾ, ਸਾਡਾ ਸਭ ਤੋਂ ਵੱਡਾ ਫੋਕਸ ਹੈਗਾ ਕਿ ਜੋ ਵੀ ਅਸੀਂ ਕਨੈਕਟੀਵਿਟੀ ਦੇ ਰਹੇ ਹੈਗੇ ਹਾਂ ਉਹ ਕਨੈਕਟੀਵਿਟੀ ਫਾਸਟ ਕਨੈਕਟੀਵਿਟੀ ਹੋਣੀ ਚਾਹੀਦੀ ਆ, ਸੇਫ ਕਨੈਕਟੀਵਿਟੀ ਹੋਣੀ ਚਾਹੀਦੀ ਆ, ਔਰ ਉਹਦੇ ਵਿੱਚ ਜਿਹੜਾ ਹੈਗਾ ਆ ਵਿਜ਼ੀਬਿਲਿਟੀ ਵੀ ਚੰਗੀ ਹੈ। ਬਿਕੋਜ਼ ਜਿਵੇਂ MLA ਸਾਹਿਬ ਨੇ ਕਿਹਾ, ਇੱਕ ਸ਼ੋਕੇਸ ਹੈਗਾ ਆ ਪੂਰੇ ਪੰਜਾਬ ਦਾ, ਉਸੇ ਤਹਿਤ ਸਾਡੀ ਜਿਹੜੀ ਹੈਗੀ ਆ MLA ਸਾਹਿਬ ਨੇ ਅੱਜ ਕਿਹਾ ਸੀਗਾ ਤਾਂ ਅਸੀਂ ਇੱਥੇ ਵਿਜ਼ਿਟ ਕਰਕੇ ਔਰ ਅਸੀਂ ਇੱਕ ਫਰੇਮਵਰਕ ਜਿਹਾ ਬਣਾ ਰਹੇ ਹੈਗੇ ਹਾਂ ਕਿ ਕਿੱਥੇ ਕਿੱਥੇ ਸਾਡੇ ਬੋਟਲਨੈਕਸ ਨੇ, ਕਿਹੜੇ ਸਾਡੇ ਇਸ਼ੂਜ਼ ਨੇ ਜਿੱਥੇ ਕਿ ਅਸੀਂ ਸੇਫਟੀ ਦੇ ਇਸ਼ੂਜ਼ ਆ ਜਾਂਦੇ ਨੇ, ਐਕਸੀਡੈਂਟ ਪ੍ਰੋਨ ਬਲੈਕ ਸਪੋਟਸ ਨੇ,
ਉਹ ਸਾਰੇ ਆਈਡੈਂਟੀਫਾਈ ਕਰਕੇ ਔਰ ਉਹਦੇ ਵਿੱਚ ਜਿਹੜਾ ਹੈਗਾ ਇੰਜੀਨੀਅਰਿੰਗ ਸਟਾਫ ਨੂੰ ਮੈਂ ਹੁਣੀ ਆਫਿਸ 'ਚ ਜਾ ਕੇ ਇਹਦੀ ਰਿਵਿਊ ਮੀਟਿੰਗ ਲਊਂਗਾ ਔਰ ਇਹਨਾਂ ਨੂੰ ਹਦਾਇਤ ਕਰੂੰਗਾ ਕਿ 2 ਦਿਨ ਦੇ ਵਿੱਚ ਇਹ ਆਪਣਾ ਜਿਹੜਾ ਹੈਗਾ ਆ ਸਾਰੇ ਆਈਡੈਂਟੀਫਾਈ ਕਰ ਲੈਣ ਕਿਹੜੇ ਸਪੋਟਸ ਨੇ ਉਹਦੇ ਵਿੱਚ ਆਪਣਾ ਐਸਟੀਮੇਟ ਜਿਹੜਾ ਹੈਗਾ ਉਹ ਬਣਾ ਲੈਣ ਔਰ ਉਹ ਤੋਂ ਬਾਅਦ ਇਹਨਾਂ ਦੇ ਕੰਮਾਂ ਦੀ ਅਸੀਂ ਐਗਜ਼ੀਕਿਊਸ਼ਨ ਕਰਾਵਾਂਗੇ। ਦੂਜੀ ਗੱਲ ਜਿਹੜਾ ਹੈਗਾ ਅਸੀਂ ਇੱਕ ਸੈਕਟਰੀ ਸਾਹਿਬ ਦੇ ਲੈਵਲ 'ਤੇ ਵੀ ਕਈ ਮੀਟਿੰਗਸ ਹੋਈਆਂ, ਮੇਰੇ ਲੈਵਲ 'ਤੇ ਵੀ ਹੋਈਆਂ, MLA ਸਾਹਿਬ ਵੀ ਰੈਗੂਲਰਲੀ ਇਹਨੂੰ ਮੋਨੀਟਰ ਕਰਦੇ ਆ। ਡੀ ਕੰਜੈਸ਼ਨ ਪਲਾਨ ਅਸੀਂ ਬਣਾਇਆ ਹੋਇਆ ਤਾਂ ਜਿਵੇਂ ਬਾਵਾ ਵਾਈਟ ਹਾਊਸ ਰੋਡ ਬਣ ਰਹੀ ਆਲਟਰਨੇਟਿਵ, ਉਸ ਤੋਂ ਅੱਗੇ 2 ਮੰਡੀ ਬੋਰਡ ਦੀਆਂ ਸੜਕਾਂ ਨੇ, ਉਹਨਾਂ ਨੂੰ ਅਸੀਂ ਕਿਹਾ ਹੈਗਾ ਤੁਸੀਂ ਉਹਨੂੰ ਸਟਰੈਂਥਨ ਕਰੋ। ਐਂਡ ਇਸ ਤੋਂ ਇਲਾਵਾ ਕੁਛ ਅਸੀਂ ਜਿਹੜੇ ਲੈਂਡ ਸਾਡੇ ਐਕੁਆਇਰ ਹੋ ਗਏ ਉੱਥੇ ਵੀ ਅਸੀਂ ਰੋਡਸ ਬਣਾ ਰਹੇ ਹੈਗੇ ਹਾਂ। ਤਾਂ ਜਿਹੜੇ ਚੌਕ ਅਸੀਂ ਇੱਥੇ PR 7 ਦੇ ਵਿੱਚ ਬਣਾਉਣ ਦਾ ਪ੍ਰਪੋਜ਼ਲ ਹੈਗਾ ਆ, ਉਹ ਮੈਂ ਰਿਵਿਊ ਕੀਤਾ ਸੀਗਾ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਦ ਤੱਕ ਅਸੀਂ ਇੱਕ ਆਲਟਰਨੇਟਿਵ ਕਮਿਊਨਿਟੀ ਕਨੈਕਸ਼ਨ ਨਹੀਂ ਦੇ ਸਕਦੇ, ਟ੍ਰੈਫਿਕ ਰੋਕ ਕੇ ਬੈਠ ਜਾਵਾਂਗੇ ਤਾਂ ਜਿਹੜਾ ਤੁਸੀਂ ਕਹਿ ਰਹੇ ਹਾਂ ਵੀ ਹੁਣ 1 ਘੰਟਾ ਲੱਗਦਾ, ਤਾਂ ਮੈਂ ਨਹੀਂ ਚਾਹੁੰਦਾ ਹੈਗਾ ਵੀ ਕੱਲ੍ਹ ਨੂੰ ਇਹ ਲੱਗੇ ਕਿ ਵੀ 6 ਮਹੀਨੇ ਦਾ ਕੰਮ ਕਰਕੇ ਅਸੀਂ ਉਹਨੂੰ 2-2.5 ਘੰਟੇ ਕਰ ਦਈਏ। ਤਾਂ ਇਹਦੀ ਪ੍ਰੋਪਰ ਪਲੈਨਿੰਗ ਔਰ MLA ਸਾਹਿਬ ਸਭ ਤੋਂ ਸਹੀ ਬੰਦੇ ਨੇ ਇਸ ਦੇ ਵਿੱਚ, ਕਿਉਂਕਿ ਇਹ ਲੋਕਾਂ ਦੇ ਵਿੱਚ ਵਿਚਰਦੇ ਨੇ। ਸਾਡੇ ਜਿਹੜੇ ਔਫਿਸਰਸ ਨੇ ਉਹਨਾਂ ਦਾ ਹੋ ਸਕਦਾ ਟੈਕਨੀਕਲ ਔਰ ਇੱਦਾਂ ਪ੍ਰੈਕਟੀਕਲ ਵਿਊ ਨਾ ਹੋਵੇ, ਅਸੀਂ ਪ੍ਰੈਕਟੀਕੈਲਿਟੀ ਜਿਹੜੀ ਹੈਗੀ ਹੈ ਇਹਨਾਂ ਦੀ ਜਿਹੜੀ ਐਡਵਾਈਸ ਹੈਗੀ ਹੈ ਉਹਨਾਂ ਦੀ ਲੈ ਕੇ ਅਸੀਂ ਕਰਾਂਗੇ। ਤਾਂ ਮੈਂ MLA ਸਾਹਿਬ ਨੂੰ ਵੀ ਬਾਕੀ ਸਾਰਿਆਂ ਨੂੰ ਮੋਹਾਲੀ ਵਾਸੀਆਂ ਨੂੰ ਵੀ ਅਸ਼ੋਰ ਕਰਦਾ ਕਿ ਗਵਰਨਮੈਂਟ ਦੀ ਹਾਈਐਸਟ ਪ੍ਰਾਇਰਟੀ ਹੈਗੀ ਹੈ, ਉਸ ਪ੍ਰਾਇਰਟੀ 'ਤੇ ਅਸੀਂ ਦਿਨ ਰਾਤ ਕੰਮ ਕਰਨ ਨੂੰ ਵਚਨਬੱਧ ਹੈਗੇ ਔਰ ਕਰਾਂਗੇ ਵੀ। ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੇ ਸੁੰਦਰੀਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਮੋਹਾਲੀ ਸ਼ਹਿਰ ਦੀ ਨੁਹਾਰ ਹੁਣ ਬਦਲ ਦਿੱਤੀ ਜਾਵੇਗੀ। ਦੇਸ਼ ਦੇ ਵੱਡੇ ਸ਼ਹਿਰਾਂ ਦੇ ਵਿੱਚ ਮੋਹਾਲੀ ਸ਼ਹਿਰ ਦਾ ਨਾਂ ਪਹਿਲੇ ਨੰਬਰ 'ਤੇ ਆਵੇਗਾ। ਦਨਮਿਊਟ ਲਈ ਮੋਹਾਲੀ ਤੋਂ ਗੁਰਦੀਪ ਸਿੰਘ ਬੈਨੀਪਾਲ ਦੀ ਰਿਪੋਰਟ।